ਕੇਂਦਰ ਸਰਕਾਰ ਵੱਲੋਂ ਬਣਾਏ ਗੇ ਖੇਤੀ ਕਾਨੂੰਨਾਂ ਕਾਰਨ ਕਿਸਾਨਾਂ ਦਾ ਗੁੱਸਾ ਸੱਤਵੇਂ ਆਸਮਾਨ ਤੇ ਚੜ ਗਿਆ ਏ ਅਤੇ ਲੰਬੇ ਸਮੇਂ ਤੋਂ ਇਸ ਦਾ ਵਿਰੋਧ ਕੀਤਾ ਜਾ ਰਿਹਾ ਏ ਇਸ ਦੇ ਨਾਲ ਹੀ ਕਿਸਾਨ ਕਾਰਪੋਰੇਟ ਘਰਾਣਿਆਂ ਦਾ ਵੀ ਡਟਵਾ ਵਿਰੋਧ ਕਰ ਰਹੇ ਨੇ ਜਿਸ ਦੇ ਚੱਲਦੇ ਸ੍ਰੀ ਮੁਕਸਰ ਸਾਹਿਬ ਦੇ ਨੇੜਲੇ ਪਿੰਡ ਬਾਰੀਵਾਲਾ ਚ ਕਿਸਾਨਾਂ ਨੇ Jio ਦੇ ਮੋਬਾਈਲ ਟਾਵਰ ਨੂੰ ਬੰਦ ਕਰ ਦਿੱਤਾ ਅਤੇ ਰੋਸ ਮਜ਼ਾਹਰਾ ਕੀਤਾ ਇਸ ਮੌਕੇ ਕਿਸਾਨਾਂ ਆਗੂ ਨੇ ਕਿਹਾ ਕਿ ਕਾਰਪੋਰੇਟ ਘਰਾਣਿਆਂ ਦਾ ਉਦੋਂ ਤੱਕ ਵਿਰੋਧ ਕੀਤਾ ਜਾਵੇਗਾ ਜਦੋਂ ਤੱਕ ਇਹ ਖੇਤੀ ਕਾਨੂੰਨ ਰੱਦ ਨਹੀਂ ਹੋ ਜਾਂਦੇ ਇਦੇ ਬਾਰੇ ਜੀ ਅੱਜ ਅਸੀਂ ਤੁਸੀਂ ਤੁਹਾਨੂੰ ਪਤਾ ਵੀ ਸਾਡੇ ਜਿਹੜੇ ਛੋਟੇ-ਛੋਟੇ ਬੱਚੇ ਸਹਿਬਜ਼ਾਦੇ ਨੀਆਂ ਚ ਜਣੇ ਗਏ ਜਿਹੜੇ 10 ਗੁਰਮੁਖ ਦੀ ਪੱਗ ਦੀ ਲਾਜ ਦੇ ਨਾਲ ਜਿਹੜੇ ਸਾਨੂੰ ਆ ਪੱਗ ਮਿਲੀ ਆ ਉਹਨਾਂ ਨੇ ਸਿਰ ਦੇ ਕੇ ਆਪਦੇ ਸਿੱਖੀ ਦੇ ਪਿੱਛੇ ਸਿਰ ਦੇ ਕੇ ਛੋਟੇ ਛੋਟੇ ਬੱਚੇ ਜਿਹੜੇ ਆਪਦੇ ਨੀਆਂ ਦੇ ਵਿੱਚ ਚੁਣਾਈ ਸਾਡਾ ਅੱਜ ਰੋਮ ਰੋਮ ਰੋ ਰਿਆ ਰੋਮ ਇਹਨੂੰ ਮੋਦੀ ਨੂੰ ਗੰਗੂ ਦੀ ਲਾਦ ਨੂੰ ਸ਼ਰਮ ਨਹੀਂ ਆਉਂਦੀ ਜਿਹੜਾ ਅਸੀਂ ਅੱਜ ਉੱਥੇ ਜਾ ਕੇ ਨਸਮਤ ਤਾਂ ਹੋ ਕੇ ਮੱਥਾ ਟੇਕਣਾ ਸੀ ਤੇ ਅਸੀਂ ਅੱਜ ਇਹਨਾਂ ਦੀ ਜਾਨ ਨੂੰ ਰੋ ਰਹੇ ਆ ਅਡਾਨੀਆਂ ਦੀ ਤੇ ਅਵਾਨੀਆਂ ਦੀ ਤੇ ਮੋਦੀ ਜੀ ਦੇ ਇੰਤਿਸ਼ਾਹੀ ਨੂੰ ਅਕੱਲੇ-ਅਕੱਲੇ ਬੰਦੇ ਨੂੰ ਤੁਸੀਂ ਪੁੱਛ ਲਓ ਇਕੱਲਾ-ਇਕੱਲਾ ਬੱਚਾ ਸਾਰੇ ਦੇਸ਼ ਦਾ ਰੋ ਰਿਹਾ ਇਹਦੀ ਜਾਨ ਨੂੰ ਸਾਡੀਆਂ ਧੀਆਂ ਸਾਡੀਆਂ ਮਹਿਤਾਵਾਂ ਅੱਜ ਰੋ ਰਹੀਆਂ ਉਹ ਸ਼ਿੱਦੀ ਦਿਹਾੜੇ ਤੇ ਤੇ ਜਿਹੜਾ ਸਾਨੂੰ ਇਹ ਐਡਾ ਜ਼ੁਲਮ ਕਰ ਰਿਹਾ ਐਡਾ ਜਾਵਰ ਆ ਗੰਗੂ ਦੀ ਲਾਦ ਨੂੰ ਤਰਸ ਨਹੀਂ ਆਉਂਦਾ ਤੇ ਸਾਨੂੰ ਅੱਜ ਆਹ ਐਨੇ ਦਿਨ ਵਿਖਾਏ ਆ ਤੇ ਸਾਨੂੰ ਆਹ ਜਿਹੜੇ Jio ਦੇ ਟਾਵਰ ਆ ਸਾਨੂੰ ਇਹ ਬੰਦ ਕਰਨੇ ਪਏ ਇਹ ਸਾਡੇ ਲੋਕਾਂ ਕੋਲੇ ਵੀ ਕਨੈਕਸ਼ਨ ਸੀ ਸਾਨੂੰ ਵੀ ਦੀ ਖਿਆਈ ਆਊਗੀ ਸਾਨੂੰ ਕੋਈ ਸਾਡਾ ਬੱਚਾ ਜਿਹੜਾ ਜਿਨ੍ਹਾਂ ਕੋਲ ਕਨੈਕਸ਼ਨ ਆ ਉਹ ਪੋਰਟ ਕਰਾ ਰਿਆ ਨੰਬਰ ਨੂੰ ਕੋਈ ਬੰਦ ਕਰ ਰਿਆ ਕੋਈ ਕਿਵੇਂ ਬੜੀ ਲੋਕਾਂ ਨੂੰ ਤਕਲੀਫ ਆ ਰਹੀ ਆ ਤੇ ਜਿਹੜੇ ਆ ਸਾਡੀਆਂ ਜ਼ਮੀਨਾਂ ਖੋਹਣ ਦੇ باوجود ਇਹ ਸਾਡੇ ਘਰ ਖੋਹ ਰਹੇ ਆ ਸਾਡੀਆਂ ਜ਼ਮੀਨਾਂ ਖੋਹ ਰਹੇ ਆ ਉਹਦੇ ਕਰਕੇ ਸਾਨੂੰ ਅੱਜ ਗੰਗੂ ਦੀ ਲਾਦ ਨੂੰ ਰੋਣਾ ਪੈ ਰਿਹਾ ਜੀ ਫਿਲਮਾਂ ਦੇ ਵਿੱਚ ਪਸਾਨਾਂ ਦੇ ਵੱਲੋਂ ਕਾਲ ਦਿੱਤੀ ਗਈ ਸੀ ਕਿ ਕਰੋਨਾ ਦਾ ਜਿਹੜਾ ਥਾੜੀਆਂ ਖੜਕਾਉਣ ਦਾ ਦਿੱਤਾ ਗਿਆ ਸੀ ਪਹਿਲਾਂ ਤੇ ਹੁਣ ਜਿਹੜਾ ਕਿਸਾਨਾਂ ਨੇ ਕਿਹਾ ਵੀ ਪਿੰਡਾਂ ਦੇ ਵਿੱਚ ਥਾਲੀਆਂ ਖੜਕਾਓ ਤਾਂ ਜਿਹੜੀ ਕਿਸਾਨਾਂ ਦੀ ਆਵਾਜ਼ ਆ ਮੋਦੀ ਤਾਂ ਤਕਰ ਕਿਵੇਂ ਦੇਖ ਦੋ ਤੁਸੀਂ ਉਹ ਹੀ ਕਿਸਾਨਾਂ ਤਕਰ ਜਿਹੜੀ ਕਿਸਾਨਾਂ ਦੀ ਆਵਾਜ਼ ਆ ਜਿਹੜੀ ਮੋਦੀ ਤਕਰ ਤਾਂ ਬਹੁਤ ਦਿਨ ਦੀ ਪਹੁੰਚੀ ਹੋਈ ਆ ਜੀ ਕੋਈ ਅੱਜ ਦੀ ਨਹੀਂ ਤੁਹਾਡੇ ਚੈਨਲਾਂ ਦੇ ਜੀ ਰਗੇ ਅਸੀਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਸਾਡੀ ਆਵਾਜ਼ ਨੂੰ ਉੱਥੋਂ ਤਕਰ ਮੋਦੀ ਦੀ ਤਕਰ ਕੰਨਾਂ ਤੇਕਰ ਪਹਚਾਇਆ ਪਰ ਉਹ ਹਜੇ ਵੀ ਮੋਦੀ ਪਤਾ ਨਹੀਂ ਕਿਹੜੀ ਗੂੜੀ ਨੀਂਦ ਸੁੱਤਾ ਪਿਆ ਹਜੇ ਵੀ ਮੈਂ ਮਣਕੀ ਬਾਤ ਕਰਦਾ ਮੈਂ ਫਲਾਨੀ ਬਾਤ ਕਰਦਾ ਸਾਡੀ ਬਾਤ ਨਹੀਂ ਸੁਣਨੀ ਤਾਂ ਮੰਦੀ ਬਾਤ ਉਹ ਸੁਣਾਉਂਦਾ ਕਿ ਨੂੰ ਆ ਇਹ ਕਿਸਾਨਾਂ ਲਈ ਜਿਹੜੇ ਬਿੱਲਾ ਬਣਾਏ ਆ ਜਦੋਂ ਸਾਨੂੰ ਜਨਤਾ ਨੂੰ ਸਾਰੀ ਦੇਸ਼ ਦੁਨੀਆ ਨੂੰ ਮਨਜ਼ੂਰ ਨਹੀਂ ਤਾਂ ਫਿਰ ਉਹਨੂੰ ਇਹਦੇ ਚ ਰੱਦ ਕਰਨ ਦੇ ਵਿੱਚ ਕੀ ਹਰਜਾ ਉਹ ਕਹਿੰਦਾ ਮੈਂ ਤੁਹਾਡੀਆਂ ਮੰਗਾਂ ਮੰਨਣ ਨੂੰ ਤਿਆਰ ਆ ਇਹਨੂੰ ਰੱਖ ਲਓ ਇਹਨੂੰ ਲਫਾਫਾ ਜਿਹੜਾ ਸਾਡਾ ਖਾਲੀ ਆ ਉਹ ਪਿਆਰ ਰਹਿੰਦੇ ਕਿਤੇ ਕਹਿੰਦਾ ਸਾਡਾ ਡੱਬਾ ਖਾਲੀ ਪਿਆ ਰਹਿੰਦੇ ਮਠਿਆਈ ਤੁਸੀਂ ਆਪਦੀ ਪਾ ਲਓ ਜੇ ਉਹਨੂੰ ਰੱਦ ਕਰਦਾ ਤਾਂ ਉਹਦਾ ਹਰਜ ਕੀ ਆ ਇਹ ਸਾਡੇ ਵਾਸਤੇ ਬਣਾਏ ਆ ਜਨਤਾ ਵਾਸਤੇ ਸਾਰੀ ਜਨਤਾ ਅੱਜ ਬੱਚਾ ਬੱਚਾ ਜਿਹੜਾ ਦੇਸ਼ ਦਾ ਰੋ ਰਿਹਾ ਮੋਦੀ ਦੀ ਜਾਨ ਨੂੰ ਤੇ ਫਿਰ ਉਹ ਇਹਨੂੰ ਰੱਦ ਕਿਉਂ ਨਹੀਂ ਕਰਦਾ ਉਹਨੂੰ ਹਰਜ ਕੀ ਆ ਉਹ ਕਿਸਾਨਾਂ ਦੇ ਵਿੱਚ ਬੈਠ ਕੇ ਜਥੇਬੰ ਉਰੇ ਉਹ ਹਰਜੀਤ ਦੱਸੇ ਸਾਨੂੰ ਕੀ ਆ ਸਾਡੇ ਕਿਸਾਨਾਂ ਨਾਲ ਡਿਬੇਟ ਕਰ ਲੈ ਰੱਖ ਲੈ ਉਹ ਕਿਸਾਨਾਂ ਨਾਲ ਪ੍ਰਧਾਨ ਮੰਤਰੀ ਕਿਸਾਨਾਂ ਨੂੰ ਮਿਲ ਕਿਉਂ ਨਹੀਂ ਦੇ ਕਿਸਾਨਾਂ ਨਾਲ ਗੱਲ ਕਿਉਂ ਨਹੀਂ ਕਰ ਰਿਹਾਗਾ ਇੱਕ ਸਾਡੇ ਹੋਰ ਬੜੇ ਦੇਸ਼ ਦੀ ਸਾਡੇ ਸ਼ਰਮਦਾਰ ਗੱਲ ਆ ਜਿਹੜਾ ਹਰਜੀਤ ਗਰੇਵਾਲ ਆ ਨਿਤ ਉਹ ਮੈਂ ਇੱਥੇ ਆਪਦੀ ਜਵਾਨ ਨੂੰ ਗੰਦਾ ਨਹੀਂ ਕਰਨਾ ਚਾਹੁੰਦਾਗਾ ਅੱਜ ਸਹਿਜਾਦਿਆਂ ਦਾ ਸ਼ੀਦੀ ਦਿਹਾੜਾ ਉਹਨੂੰ ਮੈਂ ਮਾੜੇ ਲਫ਼ਜ਼ ਬੋਲ ਕੇ ਮੇਰੀ ਜਵਾਨ ਰੁਕ ਨਹੀਂ ਰਹੀਗੀ ਬੋਲਣ ਤੋਂ ਬਿਨਾ ਪਰ ਮੈਂ ਆਪਣੀ ਜਵਾਨ ਨੂੰ ਅੱਜ ਸ਼ਹੀਦੀ ਦਿਹਾੜੇ ਤੇ ਗੰਦਾ ਨਹੀਂ ਕਰਨਾ ਚਾਹੁੰਦਾਗਾ ਗੰਦੇ ਲਫ਼ਜ਼ ਨਹੀਂ ਬੋਲਣਾ ਚਾਹੁੰਦਾ ਕਿਉਂਕਿ ਅੱਜ ਤਾਂ ਅਸੀਂ ਆਖਰੂ ਦਾ ਜਾਪ ਜਪਣਾ ਸੀਗਾ ਪਾਠ ਸੁਣਨੇ ਸੀਗੇ 40 ਮੁਕਤਿਆਂ ਦੀ ਧਰਤੀ ਤੇ ਖੜੇ ਆ ਸਹਿਜ ਜੰਦਾ ਦਾ ਅੱਜ ਪਾਠ ਅੱਜ ਉਹਨਾਂ ਦਾ ਜਿਹੜੇ ਅੱਜ ਅਖੀਰਲਾ ਦੇਣਾ ਤੁਹਾਨੂੰ ਪਤਾ ਵੀ ਅੱਜ ਭੋਗ ਪਾਏ ਜਾਣਿਆ ਠੀਕ ਹੈ ਨਾ ਜੀ ਤੇ ਪਰ ਉਹ ਜਿਹੜਾ ਹਰਜੀਤ ਗਰੇਵਾਲ ਕਹਿੰਦਾ ਵੀ ਮੈਂ ਪਹਿਲਾ ਬੀਜੇਪੀ ਦਾ ਪ੍ਰਧਾਨ ਆ ਜਿਹੜਾ ਮੈਨੂੰ ਮੈਨੂੰ ਬੜਾ ਮਾਣ ਆ ਜਿਹੜਾ ਮੈਂ ਪੱਗ ਵਾਲਾ ਮੈਨੂੰ ਬੀਜੇਪੀ ਨੇ ਪੰਜਾਬ ਦਾ ਪ੍ਰਧਾਨ ਬਣਾਇਆ ਉਹਨੂੰ ਸ਼ਰਮ ਚਾਹੀਦੀ ਆ ਉਹਨੂੰ ਸ਼ਰਮ ਨਹੀਂ ਆਉਂਦੀ ਕੀ ਉਹਨੂੰ ਦਿਨੇ ਚੜੇ ਬੋਲਣ ਲੱਗ ਜਾਂਦਾ ਜਿਵੇਂ ਇਹਦੇ ਪਿਉ ਦੇ ਕਾਨੂੰਨ ਹੁੰਦੇ ਆ ਵੀ ਇਹ ਰੱਦ ਨਹੀਂ ਹੋਣੇਗੇ ਉਹਦੇ ਪਿਉ ਦੇ ਕਾਨੂੰਨ ਨੇ ਜਿਹੜੇ ਪਿਉਨੇ ਬਣਾਇਆ ਰੱਦ ਨਹੀਂ ਹੋਣੇਗੇ ਰੱਦ ਕਰਵਾ ਕੇ ਛੱਡਾਂਗੇ ਭੋਮਾ ਸਾਡੀਆਂ ਸਿਰ ਲੈ ਜਾਣ ਸਾਡੀਆਂ ਜਾਨਾਂ ਜਾਨ ਸਾਡੇ ਛੋਟੇ ਛੋਟੇ ਸਾਹਿਬ ਜਦੈ ਅੱਜ ਸਾਨੂੰ ਉਹਨਾਂ ਦੇ ਰੋਣਾ ਆਉਂਦਾ ਉਹਨੂੰ ਪਤਾ ਉਹਨਾਂ ਨੇ ਪੱਗ ਕਿਵੇਂ ਲਈ ਆ ਹਰਜੀਤ ਗਰੇਵਾਲ ਨੂੰ ਚਗਲ ਨੂੰ ਇਹਨੂੰ ਉਹ ਸ਼ਰਮ ਨਹੀਂ ਆਉਂਦੀਗੀ ਉਹਨੂੰ ਇਹ ਨਹੀਂ ਪਤਾ ਲੱਗਦਾਗਾ ਵੀ ਜਿਹੜੀ ਪੱਗ ਆ ਪੱਗ ਲਈ ਕਿਵੇਂ ਸੀਗੇ ਸਾਡੇ ਗੁਰੂਮਾਨ ਨੇ ਸਿਰ ਦੇ ਕੇ ਕਲਗੀਧਰ ਪਾਤਸ਼ਾਹ ਨੇ ਛੋਟੇ ਛੋਟੇ ਬੱਚੇ ਸਹਿਬਜ਼ਾਦੇ 9 ਸਾਲ ਦੇ ਤੇ 7 ਸਾਲ ਦੇ ਨੀਹਾਂ ਚ ਚੜਾ ਕੇ ਇਹ ਪੱਗਾਂ ਲਈਆਂ ਸੀ ਤੇ ਉਹ ਇਹ ਪੱਗ ਦੀ ਗੱਲ ਕਰਦਾ ਉਹਨੂੰ ਸ਼ਰਮ ਆਉਣੀ ਚਾਹੀਦੀ ਆ ਜਿਹੜਾ ਕਹਿੰਦਾ ਮੈਂ ਪਹਿਲਾ ਸਿੱਖ ਆਲਾ ਭਾਜਪੀ ਦਾ ਪ੍ਰਧਾਨ ਆ ਪੰਜਾਬ ਦਾ ਜਿਹੜਾ ਮੈਂ ਪੱਗ ਵਾਲਾ ਪ੍ਰਧਾਨ ਆ ਮੈਨੂੰ ਫਕਰ ਆ ਤੈਨੂੰ ਸ਼ਰਮ ਚਾਹੀਦੀ ਆ ਤੂੰ ਤੇਰ ਪੱਗ ਦੀ ਇਲਾਜ ਰੱਖਣੀ ਸੀਗਾ ਉਦੋਂ ਤੂੰ ਅਸਤੀਫਾ ਦਿੰਦਾ ਵੀ ਮੈਂ ਕਿਸਾਨਾਂ ਦੇ ਨਾਲ ਆ ਜੇ ਤੁਹਾਨੂੰ ਕੁਰਸੀਆਂ ਦਾ ਡਰ ਆ ਉਦਿਆਂ ਦਾ ਡਰ ਆ ਨਾ ਇਹ ਦੂ ਜਿੰਨੀਆਂ ਵੋਟਾਂ ਤੇ ਤੁਸੀਂ ਜਿੱਦੇ ਇਹ ਦੂ ਤੁਹਾਨੂੰ ਟਿਕੜੀਆਂ ਵੋਟਾਂ ਤੇ ਕਿਸਾਨ ਜਿਤਾਉਣਗੇ ਜੇ ਤੁਸੀਂ ਕਿਸਾਨਾਂ ਦੀ ਹਮਾਇਤ ਕਰੋਗੇ ਤਾਂ ਹੁਣ ਕਿਸਾਨ ਤੁਹਾਡੇ 76 ਦੇ ਹਾਰ ਪਾਉਂਦੇ ਆ 76 ਮਾਰਦੇ ਤੁਹਾਨੂੰ ਜਿਹੜੇ ਕਾਜੂਆਂ ਬਦਾਮਾਂ ਨਾਲ ਚਾਪੇ ਆਉਂਦੇ ਸੀਗੇ ਤੁਹਾਨੂੰ ਕਿਸੇ ਲੀਡਰ ਨੂੰ ਭਾਜੀਪੀ ਦੇ ਨੂੰ ਪਿੰਡ ਚ ਨਹੀਂ ਵੜਨ ਦਿੰਦੇ ਗਲੀ ਮੁਹੱਲੇ ਚ ਨਹੀਂ ਵੜਨ ਦਿੰਦੇ ਨਾ ਹੀ ਵੜਨ ਦਿੱਤਾ ਜਾਊਗਾ ਜਿੰਨਾ ਚਿਰ ਕਾਨੂੰਨ ਰੱਦ ਨਾ ਹੋਣਗੇ ਭਾਵੇਂ ਸਾਡੀਆਂ ਜਾਨਾਂ ਚਲੀਆਂ ਜਾਣ ਸਾਡੀ ਮੰਗ ਸਾਡੀ ਮੰਗ ਇਹ ਹੀ ਆ ਵੀ ਜਿਹੜੇ ਕਾਲੇ ਕਾਨੂੰਨ ਆ ਇਹ ਤਿੰਨੇ ਕਾਲੇ ਕਾਨੂੰਨ ਰੱਦ ਕੀਤੇ ਜਾਣ ਉਹਨਾਂ ਚਿਰ ਸਾਡੇ ਕਿਸਾਨ ਉਥੋਂ ਦਿੱਲੀੋਂ ਨਹੀਂ ਉੱਠਣਗੇ ਇੱਕ ਸਾਡੀ ਜਥੇਬੰਦੀ ਹੋਰ ਫੈਸਲਾ ਕਰ ਰਹੀ ਆ ਵੀ ਜਿਹੜਾ ਵੀ ਕੋਈ ਲੀਡਰ ਪਿੰਡਾਂ ਦੇ ਵਿੱਚ ਆ ਕੇ ਵੜੂਗਾ ਤੇ ਉਹਨੂੰ ਅਸੀਂ ਨਹੀਂ ਵੜਨ ਦੇਵਾਂਗੇ ਉਹ ਨਾਂਇਓ ਦੇ ਬੋਟ ਪਾਵਾਂਗੇ ਭਾਵੇਂ ਕੋਈ ਕਾਂਗਰਸ ਦਾ ਲੀਡਰ ਹੋਵੇ ਨਾ ਭਾਵੇਂ ਕੋਈ ਕਾਲੀ ਦਲ ਦਾ ਹੋਵੇ ਭਾਵੇਂ ਕੋਈ ਆਮ ਪਾਰਟੀ ਦਾ ਹੋਵੇ ਭਾਵੇਂ ਕੋਈ ਬੀਜੇਪੀ ਦਾ ਹੋਵੇ ਉਥੋਂ ਸਾਡੇ ਕਿਸਾਨਾਂ ਨੇ ਸੌਂ ਖਾ ਕੇ ਤੁਰਨਾ ਜਿੱਦੇ ਜੰਗ ਜਿੱਤ ਕੇ ਤੁਰੇ ਵੀ ਕਿਸੇ ਵੀ ਲੀਡਰ ਨੂੰ ਪਿੰਡ ਦੇ ਵਿੱਚ ਨਹੀਂ ਵੜਨ ਦਿੱਤਾ ਜਾਊਗਾ ਜਿਹੜਾ ਅੱਜ ਸਾਡੀ ਸਮਾਇਤ ਨਹੀਂ ਕਰਦੇ ਇਹਨਾਂ ਨੇ ਸਾਰੇ ਮੁੱਖ ਮੰਤਰੀਆਂ ਨੇ ਇਹਨਾਂ ਸਾਰੇ ਲੀਡਰਾਂ ਨੇ ਐਮਐਲ ਐਮਐਲਏ ਸਾਹਿਬਾਨਾਂ ਨੇ ਤੇ ਮੁੱਖ ਮੰਤਰੀਆਂ ਨੇ ਸਾਰਿਆਂ ਨੇ ਐਮਪੀਆਂ ਨੇ ਸਾਰੇ ਵੀ ਜਿੰਨੇ ਇਹ ਅਹੁਦੇਦਾਰ ਨੇ ਸਾਰਿਆਂ ਨੇ ਹੱਥ ਵੜਾਏ ਆ ਸਾਰਿਆਂ ਨੇ ਸਾਈਨ ਕਰਕੇ ਦਿੱਤੇ ਆ ਹੁਣ ਜਨਤਾ ਨੂੰ ਬੁੱਧੂ ਬਣਾਉਂਦੇ ਫਿਰਦੇ ਆ ਨਹੀਂ ਚੜੂਗੀ ਬੁੱਧੂ ਨਹੀਂ ਬਣੂ ਸਵੇਰਾ ਪੰਜਾਬ ਲਈ ਸੀਦੀ ਮੁਖਤਰ ਸਾਹਿਬ ਤੋਂ ਗੁਰਿੰਦਰ ਸਿੰਘ ਸੇਖੋਂ ਦੀ ਰਿਪੋਰਟ ओपन चैलेंज 17 टाइम गोल्ड मेडलिस्ट मियां रफीक मोहम्मद पंडित मौलवी बेगम तांतरेखा इन छोरा ठगों तो सावधान स्पेशलिस्ट वशीकरण सट्टा नंबर लव मैरिज पति पत्नी च अनबन विदेश च पक्का होना कारोबार दा ना चलना सिर्फ 31 घंटेया विच समाधान फ्री फ्री फ्री, फ्री मियां रफीक मोहम्मद मोबाइल 8437494647 8437494648 ਦੇਸ਼ ਦੁਨੀਆ ਦੀ ਹਰ ਵੱਡੀ ਖਬਰ ਦੇ ਲਈ ਹੁਣੇ ਡਾਊਨਲੋਡ ਕਰੋ ਨੰਬਰ 1 ਨਿਊਜ਼ ਐਪ ਡੈਨਿਕ ਸੂਰਾ ਟਾਈਮਸ